ਅੱਜਕੱਲ ਦੇ ਜ਼ਮਾਨੇ ਵਿੱਚ ਹਰ ਬੰਦਾ ਹਰ ਬੰਦਾ ਆਪਣੇ ਆਪ ਨੂੰ ਕਾਮਯਾਬ ਸਮਝਦੇ। ਉਹ ਭਾਵੇਂ ਪਠਾਣ ਹੈ, ਭਾਵੇਂ ਅਵਾਨ ਹੈ, ਭਾਵੇਂ ਰਾਂਗੜ ਹੈ, ਭਾਵੇਂ ਰਾਜਪੂਤ ਹੈ, ਭਾਵੇਂ ਕੁਰੇਸ਼ੀ ਹੈ, ਹਰ ਬੰਦਾ ਆਪਣੇ ਆਪ ਨੂੰ ਕਾਮਯਾਬ ਸਮਝਦੇ। ਵਾਲੂ ਲਿਖਣੇ ਲਾਜਿਕ ਵੀ ਹੈ, ਵਜ੍ਹਾ ਵੀ ਹੈ ਵੀ ਤੂੰ ਕਾਮਯਾਬ ਕਿਉਂ ਹੋਈ। ਮੈਂ ਕਿਹਾ ਮੈਂ ਤਕਰੀਰਾਂ ਕਰਨਾ ਵੀ ਤੂੰ ਕਾਮਯਾਬ ਕਿਉਂ ਹੋਈ ਸਹੀ, ਮੇਰੀ ਫਸਲ ਜ਼ਿਆਦਾ ਹੈ। ਅਦਾ ਤੂੰ ਕਾਮਯਾਬ ਕਿਉਂ ਹੋਈ, ਜਨਾਬ ਨੇ ਲਿਖਣੇ ਸੀ ਕਿ ਅੱਛਾ ਸਹੀ ਤੁਸਾਂ ਕਾਮਯਾਬ ਕਿਉਂ ਹੋਏ। ਮਲਿਕ ਸਾਹਿਬ ਸੀ ਮੇਰੇ ਕਨੇ ਇਕਤਦਾਰ ਹੈ, ਔਰ ਤੂੰ ਕਾਮਯਾਬ ਕਿਉਂ ਹੋਈ ਤਾਂ ਉਹ ਆਦੇ ਜਨਾਬ ਮੇਰੇ ਕਨੇ ਸੋਨਾ ਹੈ। ਹੁਣ ਅਗਰ ਸੋਨਾ ਹੀ ਕਾਮਯਾਬੀ ਦਾ ਮਿਆਰ ਹੈ ਤਾਂ ਉਮੇ ਜ਼ਮੀਨ ਕਨੇ 10 ਕਿਲੋ ਸੋਨਾ ਹਾ, ਲੇਕਿਨ ਫਿਟਕਾਰ ਹੁਣ ਵੀ ਪਾਉਣੀ ਪਈ ਆਉਂਦੇ ਉੱਥੇ। ਅਗਰ ਬੰਦੇ ਇਹ ਸਮਝਦੇ ਨੇ ਕਾਮਯਾਬੀ ਇਹ ਵੀ ਕੁਰਸੀ ਹੈ, ਇਕਤਦਾਰ ਹੈ, ਤਾਂ ਵੱਲ ਨਮਰੂਦ ਪਾਣੇ ਪਾਉਣੇ 400 ਸਾਲ ਕੁਰਸੀ ਤੇ ਬੈਠਾ ਰਹੇ ਨੇ, ਬਲਕਿ ਕਾਮਯਾਬ ਅਗਰ ਇਹ ਸਮਝਦੇ ਆ ਕਿ ਬਈ ਪੱਗ ਜ਼ਿਆਦਾ ਵੱਡੀ ਹੈ ਸਾਡੀ ਅਸਾਂ ਕਾਮਯਾਬ ਹੈ, ਤਾਂ ਅਬੂ ਜੈਲ ਦੀ ਪੱਗ ਤਾਂ ਮੱਕੇ ਵਿੱਚ ਬਹੁਤ ਵੱਡੀ ਹੈ, ਬਲਕਿ ਕਾਮਯਾਬ ਆਖੋ। ਇਹਦਾ ਮਤਲਬ ਇਹ ਕਿ ਤੁਹਾਡੇ ਮੇਰੇ ਸਾਰੇ ਦਾਅਵੇ ਗੱਲਾਂ ਚੰਨ। ਕਾਮਯਾਬ ਉਹ ਹੈ ਜੇ ਕੋ ਅੱਲਾ ਆਖੇ ਕਾਮਯਾਬ। ਸੁਭਾਨ ਅੱਲਾਹ, ਤੁਹਾਡੇ ਚਿਹਰੇ ਦਾ ਤਬਦੀਲੀ ਮੇ ਕੋ ਦੱਸੇ ਸੀ ਕਿ ਤੁਸੀਂ ਮਹਿਫਿਲ ਚ ਬੈਠੇ ਹੋਏ ਜਾਂ ਕਿਤੇ ਕਈ ਜਾ ਕੇ ਬੈਠੇ ਹੋਏ। ਜੀ ਕਾਮਯਾਬ ਉਹ ਹੈ ਜੇ ਕੋ ਅੱਲਾ ਫਰਮਾਵੇ ਬਈ ਇਹ ਕਾਮਯਾਬ ਹੈ। ਸੁਭਾਨ ਅੱਲਾਹ, ਤੇਰੇ ਮੇਰੇ ਆਖਣ ਨਾਲ ਕੁਝ ਨਹੀਂ ਬਣਦਾ। ਮੈਂ ਕਾਰਿਆਂ ਵਾਲੇ ਕੋ ਪਿੰਦਾ ਵੀ ਦਿੱਤੇ, ਮੈਂ ਪਿੰਦੀ ਹੋਈ ਕੋ ਕਾਰੇ ਦੇ ਮਾਦਾ ਵੀ ਦਿੱਤੇ। ਬਹੁਤ ਖੂਬ, ਕੀ ਬਾਤ। ਮੈਂ ਤਕਰੀਬਨ 50 ਸਾਲ ਦਾ ਕੀਆ ਬੇਟਾ, ਮੈਂ ਨਸ਼ੇ ਕੋ ਫਰਾਦ ਦਿੱਤੀ ਬੇਟਾ। ਮੈਂ ਉਹਨੇ ਲੋਕੇ ਕੋ ਦਿੱਤੇ ਜਿਹੜੇ ਲਈਆ ਬੇਟ ਦਾਖਲ ਥੀ ਉਹਨਾਂ ਤੇ ਹੱਟੋ ਬੱਚੋ ਹੁੰਦੀ ਹੈ। ਅੱਜ ਉਹ ਘਰ ਇਕੱਲੇ ਖੰਗਦੇ ਬੈਠਣ ਤੇ ਉਹਨੇ ਕੋ ਹੁੱਕਾ ਭਰ ਕੇ ਮਾਰ ਲਾ, ਕੋਈ ਕਹਿ ਨਹੀਂ, ਇਹ ਤਾਂ ਕਾਮਯਾਬੀ ਨਾ ਥਈ। ਕਾਮਯਾਬ ਉਹ ਹੈ ਜੇ ਕੋ ਅੱਲਾ ਫਰਮਾਵੇ ਇਹ ਕਾਮਯਾਬ ਹੈ। ਚੁਨਾਚੇ ਮੈਂ ਜਿਹੜੀ ਤੁਹਾਡੇ ਵਾਸਤੇ ਮਟੀਰੀਅਲ ਸੈੱਟ ਕੀਤੀ ਹੈ ਉਹ ਕੁਰਾਨ ਵਿੱਚੋਂ ਹੈ। ਅੱਲਾ ਇੱਕ ਕਾਮਯਾਬ ਬੰਦੇ ਦਾ ਜ਼ਿਕਰ ਪਿਆ ਕਰਦੇ ਆਪਣੇ ਨਬੀ ਕੋ, ਤੇ ਤੁਹਾਨੂੰ ਪਤਾ ਹੈ ਜਿਹੜੇ ਵੇਲੇ ਰੱਬ ਤੇ ਸ਼ਾਹ ਰੱਬ ਦੀ ਗੁਫ਼ਤਗੂ ਥੀਵੇ ਉਹ ਕੁਰਾਨ ਬਣਦੇ। ਸੁਭਾਨ ਅੱਲਾਹ, ਭਲਾ ਹੋਵੇ, ਬੜੀਆ ਸਹੀ ਗੁਫ਼ਤਗੂ ਹੈ ਜਿਹੜੀ ਮੇਰੇ ਨਬੀ ਦੀ ਤੇ ਰੱਬ ਦੀ ਮਾਬੈਨ ਗੁਫ਼ਤਗੂ ਹੋਵੇ ਉਹ ਕੁਰਾਨ ਬਣਦੇ। ਅੱਲਾਹ ਨੇ ਮੇਰੇ ਨਬੀ ਕੋ ਕਾਮਯਾਬ ਬੰਦੇ ਦਾ ਦੱਸਿਆ ਬਈ ਇਹ ਕਾਮਯਾਬ ਹੈ। ਔਰ ਕਾਮਯਾਬ ਆਦਮੀ ਦਾ ਸਾਵਣ ਤੋਂ ਪਹਿਲੇ ਅੱਲਾਹ ਨੇ ਕਸਮ ਚਾਤੀ ਹੈ। ਬਹੁਤ ਖੂਬ, ਕਿਆ ਚਾਤੀ ਹੈ? ਕਸਮ ਚਾਤੀ ਹੈ। ਇੱਕ ਕਸਮ ਨਹੀਂ ਚਾਤੀ, ਦੋ ਵੀ ਨਹੀਂ ਚਾਤਿਆ, ਤ੍ਰਾਏ ਵੀ ਮੌਲਾਨਾ ਨਹੀਂ ਚਾਤਿਆ, ਚਾਰ ਵੀ ਕਸਮਾਂ ਨਹੀਂ ਚਾਤਿਆ, ਇਕੱਠਾ ਅੱਲਾਹ ਪਾਕ ਨੇ ਤੁਸਾਂ ਹੈਰਾਨ ਕੀ ਸੋ 16 ਕਸਮਾਂ ਚਾਤਿਆ। ਸੁਭਾਨ ਅੱਲਾਹ, ਵਾਹ 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 ਵਾਹ, ਕਿਤਨਾ ਸਹੀ, 16, ਬਿਸਮਿਲਲਾ, ਮਾਸ਼ਾਅੱਲਾ, ਅੱਲਾਹ ਇਹਨੇ ਸਾਰੇ ਕੋ ਸਲਾਮਤ ਰੱਖੇ। ਇਹ ਥੋੜਾ ਜਿਹਾ ਅੱਗਾ ਕੀ ਹੋ ਆ ਤਾਂ ਕਿਆ ਕਹਿੰਦਾ, ਥੋੜਾ ਜਿਹਾ ਅੱਗਾ ਦੀ ਜਾਓ ਯਾਰ, ਹੁਣ ਇਤਨਾ ਬਲਾ ਹੈ ਗੱਲ ਕਰਨ ਵਾਲੀ। ਜੀ ਮਿਹਰਬਾਨੀ, ਬਾ ਦੇਖ ਤਾ ਸੁਣ, ਥੋੜਾ ਅੱਗਾ ਦੀ ਜਾਓ, ਥੀ ਆਓ ਥੀ ਆਓ ਥੀ ਆਓ, ਨਾ ਆ ਕੋ ਮਹਿਫਿਲ ਦਾ ਚਾ ਸੋਹਣੀ ਜੋੜਵੇ ਸੀ, ਬਾਕੀ ਕੋਈ ਗੱਲ ਕਰਨੀ ਐ ਸੀ। ਚੰਗੇ ਮੁਹੱਬਤ ਤੇ ਗੋਡਾ ਬੇਵਾਰ ਸੀ ਨਹੀਂ, ਅਸਾਂ ਕਹਿ ਕੇ ਮਹਿਫਿਲ ਜੋੜ ਨਹੀਂ ਸਕਦੇ। ਮਾਸ਼ਾ ਅੱਲਾ, ਦੇਖੋ ਨਾ ਜਿਹਦਾ ਯਾਰ ਹੀ ਜੀਆਂ ਹੋਵੇ ਉਹਦੀ ਤੱਕ ਕਹਿੰਦੇ ਪਹੁੰਚੀਏ। ਵਾਹ 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 ਵਾਹ, ਕੀ ਬਾਤ, ਅੱਲਾ ਦੀ ਤੇ ਮੇਰੀ ਯਾਰੀ ਇਵੇਂ ਹੀ ਮੇਰੀ ਪਾਕ ਚੀਨ ਦੋਸਤੀ ਹੈ। ਇਹ ਘਰ ਵਿੱਚ ਮੇਰਾ ਫੋਟੋ ਲਾਇਆ ਹੋਇਆ ਹੈ ਤੇ ਮੈਂ ਆਪਣੇ ਘਰ ਵਿੱਚ ਇਹਦਾ ਫੋਟੋ ਲਾਇਆ ਹੋਇਆ, ਤੁਸੀਂ ਯਕੀਨ ਕਰੋ ਤੁਸੀਂ ਆਪ ਤੋਂ ਬਈ ਕੀ ਮੇਰੇ ਕੋ ਚੰਗਾ ਲੱਗਦੇ, ਤੂੰ ਕੋਈ ਚੰਗਾ ਲੱਗੇ ਤਾਂ ਹੁਣ ਕਿਆ ਸੀ। ਅੱਲਾ ਕੋ ਸਲਾਮਤ ਰੱਖੇ, ਹੁਣ ਇਜਾਜ਼ਤ ਦਿਓ ਮੈਂ ਨੌਕਰੀ ਸ਼ੁਰੂ ਕਰਾਂ। ਮੁਖਤਸਰ ਨੌਕਰੀ ਕਰਨੀ, ਕੋਈ ਲੰਬੀ ਚੌੜੀ ਤੁਲਾਣੀ ਪੜਾਈ ਨਹੀਂ ਕਰਨੀ। ਅੱਲਾ ਇੱਕ ਕਾਮਯਾਬ ਬੰਦੇ ਦੇ ਬਾਰੇ ਵਿੱਚ ਦੱਸੇ ਤੁਹਾਡੇ ਮੇਰੇ ਨਬੀ ਤੇ ਪਹਿਲੇ ਅੱਲਾ ਕਸਮਾਂ ਚਾਤੇ ਨੋ, ਕਿਤਨਾ ਕਸਮਾਂ, ਕਮਾਲ ਨਹੀਂ ਥੀ ਗਿਆ ਐਸ ਸੱਚੋ ਕੋ ਕੋਈ ਜ਼ਰੂਰਤ ਹੈ ਕਸਮ ਚਾ ਮਾਰ ਦੀ, ਉਹ ਤਾਂ ਨੀਚੀ ਦੇ ਭੋਗਾ ਦੇ ਕੇ ਮਨਵਾ ਗਿੰਦੇ। ਨੰਬਰਦਾਰ ਕੋ ਕਿਆ ਜ਼ਰੂਰਤ ਹੈ ਤਰਲੇ ਕਰਨ ਦੀ, ਉਹ ਤਾਂ ਹੈ ਹੀ ਨੰਬਰਦਾਰ ਤੇ ਜਿਹੜਾ ਹੋਵੇ ਹੀ ਪਰਵਰਦਿਗਾਰ। ਸੁਭਾਨ ਅੱਲਾਹ, ਕੀ ਬਾਤ। ਅੱਛਾ ਚਲੋ ਐਸ ਸੱਚੋ ਸਾਹਿਬ ਕਸਮ ਚੇ ਸੀ ਤਾਂ ਕਿਹੜੀ ਸ਼ੈਲੀ ਚੇ ਸੀ? ਮਿਸਾਲ ਦੇ ਤੌਰ ਤੇ ਹੋ ਸਕਦੇ ਉਹ ਕਸਮ ਕੁਰਾਨ ਦੀ ਚਾਵੇ, ਰੱਬ ਦੀ ਚਾਵੇ, ਜ਼ਿਆਦਾ ਜ਼ਿਆਦਾ ਮਾਂ ਦੀ ਚਾਵੇ, ਪਿਓ ਦੀ ਚਾਵੇ, ਪੁੱਤਰ ਦੀ ਚਾਵੇ। ਹਮੇਸ਼ਾ ਵੱਡਾ ਕਸਮ ਚੇ ਤੇ ਸ਼ਾਨ ਵਾਲੀ ਸ਼ੈਲੀ ਤੇ ਅੱਲਾਹ ਕਨੇ ਵੱਧ ਕੇ ਸ਼ਾਨ ਕਹਿੰਦੀ ਹੈ ਕਹਿਣਾ।
اللہ قسمہ کہنا کہنا چاہتے ہیں ہن اجازت دیو تے میں نوکری شروع کراں سبحان اللہ